पंजाबी फिल्म हैप्पी गो लकी फिल्म की स्टार कास्ट दैनिक सवेरा कार्यालय में फिल्म के प्रमोशन के लिए पहुंची। इस दौरान फिल्म की स्टार कास्ट में गुरप्रीत सिंह घुग्गी, अमरिंदर गिल, हरीश वर्मा, सुमित संधु, दक्षिता कुमारिया, ईशा रिखी और श्रुति सोडी शामिल थे। इस मौके पर दैनिक सवेरा के मुख्य संपादक शीतल विज तथा संयुक्त संपादक अभिषेक विज ने आए हुए सभी कलाकारों का स्वागत किया। इस दौरान फिल्म के कलाकार अमरिंदर गिल ने दैनिक सवेरा के पत्रकारों से बातचीत के दौरान अपनी इस फिल्म संबंधी जानकारी दी और अपने निजी करियर के बारे में भी बताया। इस दौरान फिल्म के सभी पात्रों के साथ बातचीत की गई और हर किसी ने अपने अंदाज से फिल्म के बारे में जानकारी प्रदान की। ਅਸੀਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਜਦੋਂ ਔਰ ਸਾਡੀ ਡੀਵੀਡੀ ਛੋਟੀਆਂ ਫਿਲਮਾਂ ਦੀ ਆਪਾਂ ਜੇ ਗੱਲ ਕਰੀਏ ਆਉਂਦੀਆਂ ਸੀ ਮਾਰਕੀਟ ਦੇ ਵਿੱਚ ਅੱਗੇ ਅਤੇ ਉਹ ਚੱਲਦੀਆਂ ਸੀ ਜੇ 12-15 ਲੱਖ 'ਚ ਬਣ ਜਾਂਦੀ ਸੀ 35-40 ਲੱਖ 50 ਲੱਖ ਦਾ ਬਿਜ਼ਨਸ ਕਰ ਗਈ ਥੋੜ੍ਹੇ ਆਰਟਿਸਟ ਨੂੰ ਪੈਸੇ ਬਚ ਗਏ ਥੋੜ੍ਹੇ ਕੰਪਨੀ ਨੂੰ ਬਚ ਗਏ ਪਰ ਹੁਣ ਅਜੇ ਆਉਣ ਦੀ ਦੇਰ ਬਾਅਦ 'ਚ ਹੈ ਜੀ ਅਤੇ ਉਹ ਤੁਸੀਂ ਦੇਖੋ ਜੀ ਇੱਥੇ ਬਾਜ਼ਾਰ ਦੇ ਵਿੱਚ ਮੇਜ਼ਾਂ ਦੇ ਉੱਤੇ ਲੱਗੀਆਂ ਹੁੰਦੀਆਂ ਇੱਕ 15 ਰੁਪਏ ਦੀ ਸੀਡੀ ਹੁੰਦੀ ਉਹਦੇ 6 ਫਿਲਮਾਂ ਹੁੰਦੀਆਂ ਐਕਸਪੈਰੀਮੈਂਟ ਪੰਜਾਬੀ ਸਿਨੇਮਾ 'ਚ ਹੋਣ ਲੱਗ ਪਏ ਨੇ ਹਾਲਾਂ ਇੰਡਸਟਰੀ ਇੰਨੀ ਵੱਡੀ ਨਹੀਂ ਹੋਈ ਸੀ ਕਿ ਐਕਸਪੈਰੀਮੈਂਟ ਹੋਣ ਪਰ ਹੋਣ ਲੱਗ ਪਏ ਨੇ ਔਰ ਪੋਜ਼ਿਟਿਵ ਰਿਸਪੋਂਸ ਵੀ ਆਇਆ ਜਿਹਦੇ ਬਾਰੇ ਮੈਂ ਕਹਾਂਗਾ ਜੀ ਕਿ ਅਗਰ ਗੱਲ ਕਰੀਏ ਫਿਲਮ ਆਈ ਸੀ ਸਾਡੀ ਜੱਟ ਜੇਮਸ ਬੌਂਡ ਹੁਣੇ ਫਿਲਮ ਆਈ 1984 ਪੰਜਾਬ 1984 ਸਕਸੈਸਫੁਲ ਸੀਗੇ ਜੀ ਉਹ ਉਸ ਤੋਂ ਬਾਅਦ ਹੁਣੇ ਐਨੀਮੇਟਿਡ ਮੂਵੀ ਲੱਗੀ ਹੋਈ ਹੈ 4 ਸਾਹਿਬਜ਼ਾਦੇ ਉਹ ਵੀ ਇੱਕ ਸਕਸੈਸਫੁਲ ਐਕਸਪੈਰੀਮੈਂਟ ਹੈ ਹੁਣ ਪੰਜਾਬੀ 'ਚ ਐਕਸਪੈਰੀਮੈਂਟ ਹੋਣ ਲੱਗ ਪਏ ਨੇ ਐਂਡ ਆਈ ਬਿਲੀਵ ਕਿ ਜੇ ਇਹ ਸਾਰੇ ਚੱਲ ਪਏ ਨੇ ਤਾਂ ਅੱਜ ਸਿਨੇਮਾ ਇੱਕ ਸਟੈਪ ਹੋਰ ਅੱਗੇ ਚਲਾ ਗਿਆ। ਭੋਜਪੁਰੀ ਫਿਲਮਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਆਲਮੋਸਟ ਹਿੰਦੀ ਫਿਲਮਾਂ ਹੀ ਹੁੰਦੀਆਂ ਉਹਨਾਂ ਵਾਸਤੇ ਹਿੰਦੀ ਆਡੀਅੰਸ ਹੈਗੀ ਆ ਉਹਨਾਂ ਕੋਲ ਬੜੀ ਵਾਸਟ ਆਡੀਅੰਸ ਹੈ। ਭੋਜਪੁਰੀ ਲੈਂਗੁਏਜ ਜਿਹੜੀ ਹਿੰਦੀ ਦੇ ਬਹੁਤ ਜ਼ਿਆਦਾ ਨੇੜੇ ਹੈ ਇਸ ਕਰਕੇ ਉਹ ਗੁਜਰਾਤੀ ਵੀ ਉਹਨੂੰ ਸਮਝ ਜਾਂਦਾ ਹੈ, ਮਹਾਰਾਸ਼ਟਰੀ ਲੋਕ ਵੀ ਉਹਨੂੰ ਸਮਝ ਜਾਂਦੇ ਆ, ਬੜੀਆਂ ਸਟੇਟਾਂ ਦੇ ਵਿੱਚ ਉਹਨੂੰ ਇੱਕ ਮਾਰਕੀਟ ਮਿਲ ਜਾਂਦੀ ਹੈ ਔਰ ਪੰਜਾਬੀ ਲੈਂਗੁਏਜ ਜਿਹੜੀ ਹੈ ਰਿਸਟ੍ਰਿਕਟਿਡ ਆ। ਅਸੀਂ ਨੌਰਥ ਦੇ ਵਿੱਚ ਸਿਰਫ ਹਰਿਆਣਾ 'ਚ ਥੋੜ੍ਹਾ ਬਹੁਤਾ ਇੰਜੋਏ ਕਰ ਲੈਂਦੇ ਲੋਕ, ਥੋੜ੍ਹਾ ਬਹੁਤ 2-4 ਪ੍ਰਿੰਟ ਜੰਮੂ ਲੱਗ ਗਏ, ਦਿੱਲੀ ਲੱਗ ਗਏ, ਇੱਥੇ ਤੱਕ ਅਸੀਂ ਖਤਮ ਹੋ ਜਾਂਦੇ ਹਾਂ। ਇਹਦਾ ਇੱਕ ਇਹ ਰੀਜ਼ਨ ਹੈ, ਬਾਕੀ ਇੰਡਸਟਰੀ ਗਰੋ ਕਰ ਰਹੀ ਹੈ, ਨੋਮੀਨੇਸ਼ਨਸ ਹੋਣਗੀਆਂ, ਅਵਾਰਡਸ ਆਉਣਗੇ ਔਰ ਜਿੱਦਣ ਪਹਿਲਾ ਅਵਾਰਡ ਲੈ ਕੇ ਆਵਾਂਗੇ ਇੱਥੇ ਦੈਨਿਕ ਸਵੇਰਾ 'ਚ ਬਹਿ ਕੇ ਇੰਟਰਵਿਊ ਦੇਵਾਂਗੇ ਤੁਹਾਨੂੰ। ਐਨੀਮੇਟਿਡ ਫਿਲਮਾਂ ਦਾ ਦੌਰ ਪੰਜਾਬੀ 'ਚ ਹੁਣੇ ਸ਼ੁਰੂ ਹੋਇਆ 4 ਸਾਹਿਬਜ਼ਾਦੇ ਫਿਲਮ ਦੇ ਨਾਲ। ਮੈਨੂੰ ਲੱਗਦਾ ਜਿੰਨਾ ਸਕਸੈਸਫੁਲ ਇਹ ਐਕਸਪੈਰੀਮੈਂਟ ਰਿਹਾ ਅਤੇ ਮੇਰੇ ਖਿਆਲ ਨਾਲ ਜਿੱਦਾਂ ਕਾਮੇਡੀ ਦਾ ਜੋਨਰ ਖੜਾ ਹੋ ਗਿਆ ਸੀ, ਮਨਮੋਹਨ ਜੀ ਦੀਆਂ ਫਿਲਮਾਂ ਦੇ ਨਾਲ ਫੈਮਿਲੀ ਡਰਾਮਾ ਇੱਕ ਜੋਨਰ ਖੜਾ ਹੋ ਗਿਆ ਸੀ, ਐਨੀਮੇਟਿਡ ਮੂਵੀਜ਼ ਦਾ ਵੀ ਇਸ ਫਿਲਮ 4 ਸਾਹਿਬਜ਼ਾਦੇ ਦੇ ਨਾਲ ਇੱਕ ਜੋਨਰ ਜਿਹੜਾ ਉਹ ਖੜਾ ਹੋ ਗਿਆ ਔਰ ਡੈਫੀਨੇਟਲੀ ਐਨੀਮੇਸ਼ਨ ਦੇ ਵਿੱਚ ਵੀ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰੇਗਾ। ਹੈਪੀ ਗੋ ਲੱਕੀ ਦੇ ਵਿੱਚ ਵੀ ਉਹਨਾਂ ਨੇ ਹੈਲਦੀ ਐਂਟਰਟੇਨਮੈਂਟ ਦਿੱਤਾ, ਕਾਮੇਡੀ ਜਿਹੜੀ ਦਿੱਤੀ ਹੈ ਇੱਕ ਮਿਆਰ ਦੀ, ਇੱਕ ਸਟੈਂਡਰਡ ਦੀ ਕਾਮੇਡੀ ਦਿੱਤੀ। ਮੈਂ ਫਲੋਪ ਹੋ ਚੁੱਕੀ ਹੈ, ਇੱਕ ਪਹਿਲਾਂ ਕੋਈ ਕਾਮਯਾਬ ਹੋ ਚੁੱਕੀ, ਦੂਜੀ ਸਾਡੀ ਹੈ ਕਾਮਯਾਬ। ਉਸ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਨਵਾਂ ਸਿਨੇਮਾ ਗਰੋ ਕਰਦਾ ਨਾ, ਜਿਵੇਂ ਹਾਲੀਵੁੱਡ ਦੀ ਵੀ ਹਿਸਟਰੀ ਜੇ ਪੜ੍ਹੀਏ, ਜਦੋਂ ਸ਼ੁਰੂ ਤੋਂ ਬੋਲਣ ਵਾਲੀਆਂ ਫਿਲਮਾਂ ਬਣੀਆਂ ਸੀਗੀਆਂ ਅਤੇ ਉਹ ਸਿੰਗਰਾਂ ਨੂੰ ਉਹਦੇ ਵਿੱਚ ਹੀ ਰਲਿਆ ਗਿਆ। ਇੰਡਸਟਰੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹ ਇਸ ਚੀਜ਼ ਦਾ ਬੈਨੀਫਿਟ ਇੰਡਸਟਰੀ ਨੂੰ ਵੀ ਮਿਲ ਜਾਂਦਾ ਕਿ ਜਦੋਂ ਨੌਨ ਚਿਹਰੇ ਸਾਹਮਣੇ ਆਉਂਦੇ। ਹਿੰਦੀ ਦੇ ਵਿੱਚ ਵੀ ਪਹਿਲਾਂ ਸ਼ੁਰੂਆਤੀ ਫਿਲਮਾਂ ਦੇ ਵਿੱਚ ਸਿੰਗਰ ਕਿਸ਼ੋਰ ਕੁਮਾਰ ਜੀ ਹੀ ਰੋਂਦੇ ਰਹੇ। ਬਾਕੀ ਕੋਈ ਵੀ ਕੰਮ ਆ, ਇਹ ਇੱਦਾਂ ਦੀ ਗੱਲ ਨਹੀਂ ਹੈ ਕਿ ਕਈ ਕਈ ਜਿਹੜੇ ਆ ਕਈਆਂ ਦੀਆਂ ਕਈ ਸਿੰਗਰਸ ਦੀਆਂ ਫਿਲਮਾਂ ਹਿੱਟ ਹੁੰਦੀਆਂ, ਕਈਆਂ ਦੀਆਂ ਨਹੀਂ ਹੁੰਦੀਆਂ। ਕਈ ਜਿਹੜੇ ਨੌਨ ਸਿੰਗਰਸ ਆ ਉਹਨਾਂ ਦੀਆਂ ਫਿਲਮਾਂ ਹਿੱਟ ਹੁੰਦੀਆਂ, ਕਈਆਂ ਦੀਆਂ ਨਹੀਂ ਹੁੰਦੀਆਂ। ਕਿਸੇ ਵੀ ਕੰਮ ਦੇ ਵਿੱਚ ਇਹ ਇੱਦਾਂ ਦਾ ਕੋਈ ਨਹੀਂ ਹੈ, ਇਹ ਆਪੋ ਆਪਣੀ ਮਿਹਨਤ ਦਾ ਨਤੀਜਾ ਜੀ। ਜਿੰਨੀ ਮਿਹਨਤ ਕੋਈ ਕਰ ਲੈਂਦਾ ਉਹਨਾਂ ਬੈਨੀਫਿਟ ਮਿਲ ਜਾਂਦਾ। ਹੁਣ ਇਸ ਟਾਈਮ ਇਸ ਸਾਲ ਤਾਂ ਇਹੀ ਆ ਰਹੀ ਹੈ ਜੀ, ਪਹਿਲੀ ਗੋਰਿਆਂ ਦਾ ਫਗਰ ਆਈ ਸੀਗੀ ਅਤੇ ਦੂਸਰੀ ਇਹੀ ਹੈ, ਇਸ ਸਾਲ 2 ਫਿਲਮਾਂ ਸੀਗੀਆਂ। ਨੈਕਸਟ ਈਅਰ ਵੀ ਮੈਕਸੀਮਮ 2 ਫਿਲਮਾਂ ਕਰਾਂਗੇ ਜੀ ਮੈਂ। ਕੋਸ਼ਿਸ਼ ਤਾਂ ਇਹ ਹੈ ਕਿ ਇੱਕ ਹੀ ਆਵੇ ਸਾਲ ਦੀ, ਪਰ ਸ਼ਾਇਦ 2। ਮੈਂ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਥੈਂਕਸ, ਪਿਛਲੀ ਫਿਲਮ ਗੋਰਿਆਂ ਦਾ ਫਗਰ ਵੇਲੇ ਵੀ ਇੱਥੇ ਆਇਆ ਸੀ, ਬਹੁਤ ਜ਼ਿਆਦਾ ਸਪੋਰਟ ਮਿਲੀ ਅਤੇ ਉਹ ਫਿਲਮ ਜਿਹੜੀ ਹੈ 6 ਹਫ਼ਤੇ ਚੱਲੀ ਹੈ ਸਪੋਰਟ ਕਰਕੇ। ਸੋ ਇਸ ਟਾਈਮ ਵੀ ਮੈਂ ਹੈਪੀ ਗੋ ਲੱਕੀ ਆ ਰਹੀ ਹੈ ਫਰਾਈਡੇ ਨੂੰ 21 ਨਵੰਬਰ ਨੂੰ, ਅਤੇ ਥੈਂਕਸ ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਅਤੇ ਸਾਰੇ ਜਿਹੜੇ ਵਿਊਜ਼ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਥੀਏਟਰਸ ਦੇ ਵਿੱਚ ਜਾ ਕੇ ਫਰਾਈਡੇ ਨੂੰ ਤੁਸੀਂ ਇਹ ਫਿਲਮ ਜ਼ਰੂਰ ਦੇਖਿਓ ਜੀ। ਮਾਰੀਆ ਸਾਡੀ ਹੈਪੀ ਗੋ ਲੱਕੀ 21 ਨਵੰਬਰ ਨੂੰ, ਉਸ 'ਚ ਮੇਰਾ ਰੋਲ ਗੋਲਡੀ ਨਾਮ 'ਤੇ ਲੜਕੇ ਦਾ ਹੈ। ਅਸੀਂ 3 ਬ੍ਰਦਰਸ ਹਾਂ, ਅਮਰਿੰਦਰ ਗਿੱਲ ਜੀ, ਮੈਂ ਅਤੇ ਸੁਮਿਤ ਸੰਧੂ, ਉਹ ਡੇਬਿਊ ਕਰਦਾ ਪਿਆ ਮੁੰਡਾ, ਅਤੇ ਮੇਰਾ ਵਿਚਕਾਰਲੇ ਬ੍ਰਦਰ ਦਾ ਕੈਰੈਕਟਰ, ਇਹ ਬੜਾ ਸ਼ਰਾਰਤੀ ਜਿਹਾ ਮੁੰਡਾ, ਸਿੰਗਰ ਹੈ ਬੇਸਿਕਲੀ, ਬਟ ਫਿਲਮ ਦੇ ਵਿੱਚ ਪਟੈਂਡ ਕਰਦਾ ਹੈ ਕਿ ਕੁੜੀ ਨੂੰ ਇੰਪ੍ਰੈਸ ਕਰਨ ਲਈ ਕਿ ਇਹ ਉਹ ਨਹੀਂ ਹੈ ਜੋ ਇਹ ਹੈ, ਅਤੇ ਉੱਥੋਂ ਫਿਰ ਕੁਛ ਸਿਚੁਏਸ਼ਨ ਪੈਦਾ ਹੁੰਦੀਆਂ, ਹਾਸਾ ਪੈਦਾ ਹੁੰਦਾ।
ਤੇ ਘੁੱਗੀ ਭਾਅ ਜੀ ਨਾਲ ਨੇ, ਘੁੱਗੀ ਭਾਅ ਜੀ ਨੂੰ ਵੀ ਇਨਵੋਲਵ ਕੀਤਾ ਹੋਇਆ, ਉਹਨਾਂ ਨੂੰ ਫਸਾ ਦੇਈਦਾ, ਉਹ ਕਾਮਨ ਫਰੈਂਡ ਨੇ ਸਭ ਸਾਡੇ, ਅਤੇ ਸ਼ਰਾਰਤੀ ਜਿਹਾ ਕੈਰੈਕਟਰ ਘੁੱਗੀ ਭਾਅ ਜੀ ਨਾਲ ਪਹਿਲੀ ਵਾਰ ਕੰਮ ਕੀਤਾ, ਮੈਨੂੰ ਬਹੁਤ ਵਧੀਆ ਲੱਗਾ ਜੀ। ਮੈਂ ਸ਼ੁਰੂ ਤੋਂ ਇਹਨਾਂ ਨੂੰ ਦੇਖਦਾ ਆਇਆ, ਬਚਪਨ ਤੋਂ ਹੀ ਕਹੂੰਗਾ, ਕਿਉਂਕਿ 99 'ਚ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਸੀ, ਉਦੋਂ ਤੋਂ ਮੈਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ। ਫਿਰ ਮੈਂ ਬੜਾ ਇੰਪ੍ਰੈਸ ਸੀ ਇਹਨਾਂ ਤੋਂ, ਮੈਨੂੰ ਸੀ ਕਿ ਮੈਨੂੰ ਮੌਕਾ ਮਿਲਿਆ ਇਹਨਾਂ ਨਾਲ ਕੰਮ ਕਰਨ ਦਾ, ਅਤੇ ਮੈਨੂੰ ਮਿਲਿਆ ਮੌਕਾ, ਮੇਰੇ ਲਈ ਬੜੀ ਵਧੀਆ ਗੱਲ। ਬਸ ਅਜਿਹੀ ਹੈ ਜੀ ਕਿ ਤੁਸੀਂ ਜੇ ਮੈਨੂੰ ਪਿਆਰ ਦਿੱਤਾ ਹੁਣ ਤੱਕ, ਉਮੀਦ ਦਿੰਦੇ ਰਹੋ ਅਤੇ ਇੱਕ ਦੂਜੇ ਨੂੰ ਪਿਆਰ ਕਰਦੇ ਰਹੋ, ਖੁਸ਼ੀਆਂ ਮਾਣੋ, ਅਤੇ ਸਾਡੀ ਫਿਲਮ ਦੇਖੋ 21 ਨਵੰਬਰ ਨੂੰ ਆ ਰਹੀ ਹੈ। ਹੈਪੀ ਗੁੱਡ ਲੱਕੀ। ਥੈਂਕ ਯੂ। ਤਿੰਨ ਮੁੰਡਿਆਂ ਬਾਰੇ ਹੈ, ਹੈਪੀ ਗੁੱਡ ਅਤੇ ਲੱਕੀ। ਮੈਂ ਲੱਕੀ ਦੇ ਅਪੋਜ਼ਿਟ ਮਹਿਕ ਦਾ ਰੋਲ ਪਲੇ ਕਰ ਰਹੀ ਹਾਂ, ਮੈਂ ਮਹਿਕ ਦਾ ਰੋਲ ਪਲੇ ਕਰ ਰਹੀ ਹਾਂ। ਮੈਂ ਸਭ ਤੋਂ ਛੋਟੀ ਸਿਸਟਰ ਹਾਂ, ਅਤੇ ਮੇਰੀ ਰਿਕੁਆਇਰਮੈਂਟ ਜਿਹੜੀ ਹੈ ਉਹ NRI ਦੀ ਹੈ, ਸੀਰਤ। ਅਤੇ ਜਿੱਦਾਂ ਸਾਰਿਆਂ ਦੀ, ਤਿੰਨਾਂ ਕੁੜੀਆਂ ਦੀ ਵੈਡਿੰਗ ਰਿਕੁਆਇਰਮੈਂਟ ਹੈ, ਇੱਕ ਨੂੰ NRI ਚਾਹੀਦਾ, ਇੱਕ ਨੂੰ ਸਿੰਗਰ ਚਾਹੀਦਾ, ਮੈਨੂੰ ਥਾਣੇਦਾਰ ਚਾਹੀਦਾ, ਤਾਂ ਮੈਂ ਉਸੇ ਹਿਸਾਬ ਨਾਲ ਮੁੰਡਾ ਲੱਭਦੀ ਹਾਂ ਆਪਣੇ ਲਈ ਲਾਈਫ ਪਾਰਟਨਰ, ਕਿ ਮੈਨੂੰ ਕੋਈ ਦਬੰਗ ਜਾਂ ਪੁਲਿਸ ਆਫਿਸਰ ਮਿਲੇ। ਅਤੇ ਬਾਕੀ ਮੈਂ ਅਮਰਿੰਦਰ ਗਿੱਲ ਦੇ ਓਪੋਜ਼ਿਟ ਹਾਂ, ਉਹ ਹੈਪੀ ਪਲੇ ਕਰ ਰਿਹਾ। ਅਤੇ ਮੈਂ ਥੈਂਕ ਯੂ ਕਹੂੰਗੀ ਦੈਨਿਕ ਸਵੇਰਾ ਦਾ, ਕਿ ਇੰਨਾ ਚੰਗੇ ਤਰੀਕੇ ਨਾਲ ਸਾਨੂੰ ਸਪੋਰਟ ਕਰ ਰਿਹਾ। ਅਤੇ ਸਾਡੀ ਫਿਲਮ ਨੂੰ ਜ਼ਰੂਰ ਵੇਖੋ, 21 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ, ਕਮਿੰਗ ਫਰਾਈਡੇ ਨੂੰ। ਅਤੇ ਜਿੱਦਾਂ ਪਹਿਲਾਂ ਪਿਆਰ ਦਿੱਤਾ ਉੱਦਾਂ ਹੀ ਅੱਗੇ ਦਿੱਤਾ। ਹਾਂਜੀ, ਹੈਪੀ ਗੋ ਲੱਕੀ 'ਚ ਮੇਰਾ ਕੈਰੈਕਟਰ ਦਾ ਨਾਮ ਜੱਸ ਹੈ, ਅਤੇ ਮੈਂ ਵਿੱਚ ਵਾਲੀ ਸਿਸਟਰ ਹਾਂ, ਨਾ ਮੈਂ ਬਰਾਟੀ ਹਾਂ, ਨਾ ਮੈਂ ਕੋਈ ਐਕਸਟ੍ਰੀਮ ਹਾਂ, ਮੈਂ ਬਿਲਕੁਲ ਬੈਲੈਂਸ ਜੀ ਗਰਲ ਵੀ ਹੁੰਦੀ, ਸਿਟੀ ਗਰਲ ਉਹੋ ਜੀ ਹਾਂ। ਅਤੇ ਮੇਰੀ ਰਿਕੁਆਇਰਮੈਂਟ ਸਿੰਗਰ ਦੀ ਹੈ, ਅਤੇ ਮੈਂ ਆਪੇ ਵੀ ਫਿਲਮ 'ਚ ਸਿੰਗਿੰਗ ਸਿੱਖ ਰਹੀ ਹਾਂ, ਐਂਡ ਉਹ ਕੁੜੀ ਦਾ ਰਿਕੁਆਇਰਮੈਂਟ ਹੈ ਐਜ਼ ਅ ਫਸਟ ਟਾਈਮ ਕੁੜੀ, ਵਧੀਆ ਕੁੜੀ ਆਫਕੋਰਸ, ਬਟ ਬਰਾਟੀ ਵੀ ਨਹੀਂ ਹੈ ਅਤੇ ਸਿਟੀ ਗਰਲ ਹੈ, ਸਿੰਗਲ ਪੇਰੈਂਟ ਨੇ ਉਹਨੂੰ ਬਰੋਟ ਅਪ, ਹੈਜ਼ ਸ਼ੀ ਬੀਨ ਬਰੋਟ ਅਪ ਬਾਏ ਅ ਸਿੰਗਲ ਫਾਦਰ। ਅਤੇ ਉਹ ਥੋੜ੍ਹਾ ਜਿਹਾ ਫਾਦਰ ਨਾਲ ਬਹੁਤ ਅਟੈਚ ਨੇ, ਤਿੰਨੋਂ ਸਿਸਟਰਸ ਇਨਫੈਕਟ। ਐਂਡ ਬਸ ਬਾਕੀ ਤੁਸੀਂ ਫਿਲਮ ਵੇਖੋ ਅਤੇ ਤੁਹਾਨੂੰ ਹੋਰ ਪਤਾ ਲੱਗੂਗਾ ਕੈਰੈਕਟਰ ਬਾਰੇ, ਬਾਕੀ ਫਿਲਮ ਬਾਰੇ। ਜੀ, ਮੈਂ ਦੈਨਿਕ ਸਵੇਰਾ ਆਫਿਸ ਪਹਿਲੀ ਵਾਰੀ ਆਈ ਹਾਂ, ਐਂਡ ਇੱਥੇ ਮੈਨੂੰ ਬਹੁਤ ਵਾਰਮ ਵੈਲਕਮ ਮਿਲਿਆ, ਥੈਂਕ ਯੂ ਸੋ ਮੱਚ, ਬਿਕੋਜ਼ ਜਲੰਧਰ ਦਾ ਮੇਰਾ ਜਿਹੜਾ ਪ੍ਰਮੋਸ਼ਨ ਰਿਹਾ ਸਵੇਰ ਦਾ, ਐਂਡ ਸਵੇਰ ਤੋਂ ਅਸੀਂ ਜਲੰਧਰ ਪ੍ਰਮੋਟ ਕਰ ਰਹੇ ਹਾਂ, ਐਂਡ ਟਰਸਟ ਮੀ, ਦਿਸ ਇਜ਼ ਰੀਅਲੀ ਰੀਅਲੀ ਗੁੱਡ ਐਕਸਪੀਰੀਅੰਸ। ਥੈਂਕ ਯੂ ਸੋ ਮੱਚ ਫੋਰ ਸਪੋਰਟ।